ਸਾਥੀਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਹੈ 19 ਜਨਵਰੀ, ਅਤੇ ਅੱਜ 19 ਜਨਵਰੀ ਦੇ ਦਿਨ PSTET ਦਾ ਇਗਜ਼ਾਮ ਜੋ ਹੈ ਬੱਚਿਆਂ ਦਾ, ਉਹ ਬੜੇ ਹੀ ਸੂਝਬੂਝ ਤਰੀਕੇ ਨਾਲ ਜੋ ਲਿਆ ਜਾ ਰਿਹਾ ਹੈ। ਸੈਂਟਰ ਦੇ ਉੱਤੇ ਕਾਫੀ ਪੁਲਿਸ ਕਰਮੀ ਵੀ ਦੇਖਣ ਦੇ ਆ ਰਹੇ ਹੈ, ਕਿਉਂਕਿ ਜੋ ਮਾਹੌਲ ਹੈਗਾ ਕੈਂਸਲ ਦੇ ਕਾਰਨ ਜੋ ਬਦਲ ਗਿਆ ਸੀਗਾ, ਅਤੇ ਹੁਣ ਇੱਦਾਂ ਵੀ ਬੱਚਿਆਂ ਨੂੰ ਸਾਡੀ ਇਹ ਹੀ ਐਡਵਾਈਜ਼ ਹੈਗੀ ਹੈ ਕਿ ਬੱਚੇ ਪੇਪਰ ਤੋਂ ਹੋ ਸਕੇ ਤਾਂ ਸੈਂਟਰ ਦੇ ਕੋਲ ਜਾਂ ਸੈਂਟਰ ਦੇ ਲਾਗੇ ਇੱਕ ਦਿਨ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰੇ, ਕਿਉਂਕਿ ਅਸੀਂ ਸਵੇਰੇ ਅੱਜ ਵੇਖਿਆ ਹੈ ਕਿ ਕਈ ਥਾਵਾਂ 'ਤੇ ਧੁੰਦ ਬਹੁਤ ਜ਼ਿਆਦਾ ਹੋਣ ਦੇ ਕਾਰਨ ਕਈ ਥਾਵਾਂ 'ਤੇ ਐਕਸੀਡੈਂਟ ਹੋਏ। ਅਤੇ ਅੱਜ ਖਬਰ ਮਿਲੀ ਹੈ ਸਾਨੂੰ ਕਿ ਜਲਾਲਾਬਾਦ ਅਤੇ ਗਰੂ ਹਰਸਾਹਿਬ ਦੇ ਲਾਗੇ 2 ਗੱਡੀਆਂ ਆਪਸ 'ਚ ਟਕਰਾ ਗਈਆਂ ਸੀ, ਜਿਨ੍ਹਾਂ ਦੇ ਵਿੱਚ ਕੁਝ ਬੱਚੇ ਸੀਗੇ ਜਿਹੜੇ ਫਾਜ਼ਿਲਕਾ ਨੂੰ PSTET ਦਾ ਇਗਜ਼ਾਮ ਦੇਣ ਜਾ ਰਹੇ ਸੀ, ਅਤੇ ਕੁਝ ਬੱਚੇ ਜਿਹੜੇ ਫਾਜ਼ਿਲਕਾ ਵਾਲੀ ਸਾਈਡ ਤੋਂ ਫਰੀਦਕੋਟ ਵਾਲੀ ਸਾਈਡ ਦੇ ਵਿੱਚ ਪੇਪਰ PSTET ਦਾ ਇਗਜ਼ਾਮ ਦੇਣ ਆ ਰਹੇ ਸੀਗੇ, ਅਤੇ ਉਹ ਧੁੰਦ ਬਹੁਤ ਸੀਗੀ, ਅਤੇ ਧੁੰਦ ਦੇ ਕਾਰਨ ਦੋਵੇਂ ਗੱਡੀਆਂ ਟਕਰਾ ਗਈਆਂ, ਅਤੇ ਜਿਨ੍ਹਾਂ ਵਿੱਚ ਹਾਲਾਤ ਜਿਹੜੇ ਹੈਗੇ ਨੇ ਬੱਚਿਆਂ ਦੇ ਉਹ ਕਾਫੀ ਖਰਾਬ ਹੈਗੇ ਨੇ। ਅਤੇ ਮੈਂ ਬੱਚਿਆਂ ਨੂੰ ਇਹ ਹੀ ਐਡਵਾਈਸ ਦਿੰਦਾ ਕਿ ਤੁਸੀਂ ਸੈਂਟਰ ਦੇ ਕੋਲ ਜਿੱਥੇ ਵੀ ਤੁਹਾਡਾ ਇਗਜ਼ਾਮ ਸੀਗਾ, ਅੱਗੇ ਤੋਂ ਵੀ ਨੈਕਸਟ ਟਾਈਮ ਜਿੱਦਾਂ ਵੀ ਹੋ, ਅੱਗੇ ਤੋਂ ਕੋਈ ਵੀ ਇਗਜ਼ਾਮ ਹੋਵੇ, ਧੁੰਦ ਦੇ ਵਿੱਚ ਤੁਸੀਂ ਜਾਣ ਤੋਂ ਪਹਿਲਾਂ ਆਪਦਾ 1 ਦਿਨ ਪਹਿਲਾਂ ਪਹੁੰਚ ਸਕੋ, ਠੀਕ ਹੈ। ਅਤੇ ਹੁਣ ਅਸੀਂ ਦੇਖਿਆ ਕਿ ਕੁਝ ਬੱਚੇ ਸੈਂਟਰ ਦੇ ਕੋਲ ਪਹੁੰਚ ਰਹੇ ਨੇ ਹਾਲੇ, ਪਰ ਉਹ ਬੱਚੇ ਲੇਟ ਹੋ ਗਏ ਨੇ, ਉਹਨਾਂ ਦਾ ਜਿਹੜਾ ਟਾਈਮ ਪੀਰੀਅਡ ਸੀਗਾ ਸਟਾਫ ਜਿਹੜੇ ਨਹੀਂ ਮੰਨ ਰਹੇ, ਬੱਚੇ ਤਰਲੇ ਪਾ ਰਹੇ ਨੇ, ਪਰ ਸਟਾਫ ਇਹ ਕਹਿ ਰਿਹਾ ਹੈ ਕਿ ਵੀ ਜਿਹੜਾ 10 ਵਜੇ ਦਾ ਟਾਈਮ ਸੀਗਾ ਸਾਡਾ ਉਹੀ ਟਾਈਮ ਹੋਵੇਗਾ, ਉਸ ਤੋਂ ਬਾਅਦ ਅਸੀਂ ਐਂਟਰੀ ਨਹੀਂ ਕਰਨ ਦਿੱਤੇ ਜਾਵਾਂਗੇ ਇਸ ਪਰ ਨਾਲ। ਅਤੇ ਸਾਡੇ ਬੱਚਿਆਂ ਨੂੰ ਇੱਕ ਵਾਰੀ ਫਿਰ ਮੈਂ ਕਹਿੰਦਾ, ਜੇ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਇਗਜ਼ਾਮ ਹੈਗਾ ਹੈ ਤਾਂ ਤੁਸੀਂ ਆਪਣੇ ਇਗਜ਼ਾਮ ਸੈਂਟਰ ਦੇ ਕੋਲ 1 ਦਿਨ ਪਹਿਲਾਂ ਪਹੁੰਚੋ, ਜੇ ਤੁਸੀਂ ਲੋਕਲ ਨਹੀਂ ਹੈਗੇ ਤਾਂ, ਕਿਉਂਕਿ ਧੁੰਦ ਬਹੁਤ ਹੋਣ ਦੇ ਕਾਰਨ ਤੁਸੀਂ ਆਪਣੀ ਜਾਨ ਮਾਲ ਦੀ ਨੁਕਸਾਨੀ ਹੋ ਸਕਦੀ ਹੈ, ਇਹ ਤੋਂ ਬਚੋ ਜਿੰਨਾ ਹੋ ਸਕਦਾ ਹੈ, ਅਤੇ ਸੈਂਟਰ ਦੇ ਕੋਲ 1 ਦਿਨ ਪਹਿਲਾਂ ਪਹੁੰਚੋ। ਧੰਨਵਾਦ ਜੀ।